ਬਸ ਕਰ ਸੁਖਬੀਰ ਬਾਦਲਾ ਬਸ ਕਰ ਬਸ ਕਰ ਮੇਰਾ ਭਰਾ ਹਲੇ ਜੇਕਰ ਕੁਝ ਘਟ ਹੈਗਾ ਤੁਹਾਡੇ ਕੋਲ ਤਾਂ ਮੇਰੀ ਬੇਨਤੀ ਆ ਕੋਈ ਚੱਜ ਦੇ ਕੌਲੇ ਲੈ ਦੇਣੇ ਆ ਤੁਹਾਨੂੰ ਤੇ ਮੇਰਾ ਵੀਰ ਕੋਈ ਬਠਿੰਡੇ ਚ ਆਉਦੇ ਬੰਦੇ ਬਾਦੋਂ ਮੰਗਣ ਲੱਗ ਜਾਓ ਜੀ ਇਹ ਮੇਰੀ ਇੰਨੀਕ ਬੇਨਤੀ ਮੰਨੋ ਤੁਸੀਂ ਮੈਂ ਤੇਰੀ ਵੀਡੀਓ ਵੇਖ ਕੇ ਹਟਿਆ ਕਿਤੇ ਤੈਨੂੰ ਸੱਦਿਆ ਸੀ ਕੱਲ ਪਰਸੋਂ ਦੀ ਗੱਲ ਆ ਉੱਥੇ ਗੱਲ ਕੀਤੀ ਆਮ ਪਾਰਟੀ ਦੀ ਇਹਨੇ ਐ ਨਹੀਂ ਕੀਤਾ ਇਹਨੇ ਉਹ ਨਹੀਂ ਕੀਤਾ ਹੁਣ ਤੁਸੀਂ ਮੈਂ ਆਪਦੇ ਕਾਲੀ ਦਲ ਵਾਲਿਆਂ ਨੂੰ ਕਹਿਣਾ ਚਾਹੁੰਨਾ ਤੁਸੀਂ ਔਖੇ ਸੌਖੇ ਚਾਰਕ ਸਾਲ ਦਾ ਕੱਢੋ ਤੁਸੀਂ ਇਹ ਗੱਲ ਕਹੀ ਨਾ ਹੁਣ ਜਵਾਬ ਲੈਣਿਆ ਤੁਸੀਂ ਫੇਰ ਤੁਸੀਂ ਇਹ ਗੱਲ ਕੀਤੀ ਕਿ ਮੈਨੂੰ ਕਿਸੇ ਨੇ ਪੁੱਛਿਆ ਵੀ ਇਹ ਕਾਲੀ ਦਲ ਦੇ ਵਿੱਚ ਕਾਂਗਰਸ ਦੇ ਵਿੱਚ ਭਾਜਪਾ ਦੇ ਵਿੱਚ ਤੇ ਝਾੜੂ ਵਾਲਿਆਂ ਦੇ ਵਿੱਚ ਫਰਕ ਕੀ ਆ ਫੇਰ ਤੁਸੀਂ ਉਹਨੂੰ ਫਰਕ ਦੱਸਿਆ ਤੇ ਮੈਂ ਪਹਿਲਾ ਫਰਕ ਹੀ ਸੁਣਿਆ ਤੁਸੀਂ ਇਹ ਗੱਲ ਕਹੀ ਕਿ ਜਿਹੜੀ ਅਕਾਲੀ ਦਲ ਪਾਰਟੀ ਆ ਉਹ ਇੱਕ ਪਰਿਵਾਰ ਆ ਪਰਿਵਾਰ ਤਾਂ ਬਾਦਲ ਕਾ ਪੰਜਾਬ ਤਾਂ ਪਰਿਵਾਰ ਹੈ ਨਹੀਂਗਾ ਮੈਂ ਵੀ ਕਹਿਣਾ ਚਾਹੂੰਗਾ ਵੀ ਹੁਣ ਤੁਸੀਂ ਉੱਥੇ ਇਹ ਗੱਲ ਕਹਿਤੀ ਜੇਕਰ ਤੁਸੀਂ ਪੰਜਾਬ ਨੂੰ ਪਰਿਵਾਰ ਮੰਨਦੇ ਆ ਤਾਂ ਫਿਰ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਆ ਦੋ ਵਾਰੀ ਹੋ ਗਿਆ ਮੁੱਦੇ ਮੂੰਹ ਸਿਰ ਤੱਕ ਧਰਮ ਨਾਲ ਪਤਾ ਨਹੀਂ ਕੀ ਗੱਲ ਕੀ ਕੀ ਬਾਤ ਹੋ ਗਈ ਮੈਨੂੰ ਇਹ ਦੱਸੋਗੇ ਤੁਸੀਂ ਕਿਹੜੀ ਗੱਲੋਂ ਸਿੱਟਿਆ ਤੁਹਾਨੂੰ ਮੈਂ ਗੱਲਾਂ ਕਰਾਂ ਇੱਥੇ ਕਿਹੜੀ ਗੱਲੋਂ ਸਿੱਟਿਆ ਪਹਿਲਾ ਨੰਬਰ ਤਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜੇ ਮੈਨੂੰ ਪਹਿਲਾਂ ਤੇ ਦੱਸ ਭਰਾ ਯਾਰ ਵੀ ਜਿਹੜੀ ਸਾਡੀ ਆ ਭੈਣ ਜੀ ਆ ਵਿਵਾਹ ਹਰ ਸਿਮਰਤ ਕੌਰ ਬਾਦਲ ਇਹ ਨਰਮਾ ਨਰਮਾ ਚੁਗੰਨ ਜਾਂਦੇ ਕਿ ਨਹੀਂ ਜਾਂਦੇ ਇਹ ਜਵਾਬ ਦੇ ਦੇ ਮੈਨੂੰ ਕਿਉਂਕਿ ਜਿਹੜਾ ਦੂਜਾ ਪਰਿਵਾਰ ਆ ਤੁਹਾਡਾ ਪੰਜਾਬ ਦਾ ਜਿਹੜੇ ਗਰੀਬ ਲੋਕ ਆ ਉਹਨਾਂ ਦੀਆਂ ਔਰਤਾਂ ਉਹ ਪੱਠੇ ਤੇ ਲੱਗੀਆਂ ਝੋਨਾ ਲਾਉਣ ਜਾਂਦੀਆਂ ਨਰਮਾ ਚੁਗੰਨ ਜਾਂਦੀਆਂ ਗੋਦੀ ਕਰਨ ਜਾਂਦੀਆਂ ਨਰਮੇ ਨੂੰ ਹੋਰ ਆ ਲੂਲੂ ਪੱਟਣ ਜਾਂਦੇ ਆ ਕਈ ਏਰੀਆ ਦੇ ਵਿੱਚ ਕਈ ਥਾਵਾਂ ਤੇ ਲੋਕਾਂ ਦੇ ਗੋਆ ਪੋਚਾ ਕਰਦੇ ਆ ਇਹ ਆਪਣੇ ਦੱਸੋ ਵੀ ਤੁਸੀਂ ਕਰਦੇ ਘਰੇ ਜਾਂ ਦੱਸੋ ਨਹੀਂ ਤੁਹਾਡਾ ਪਰਿਵਾਰ ਆ ਇਹ ਜੇ ਸੁਖਬੀਰ ਸਿੰਘ ਐ ਐਡੇ ਝੂਠ ਮਾਰੇਗਾ ਜਵਾਬਤ ਨੂੰ ਇਹੋ ਜੇ ਮਿਲਨੇ ਆ ਤੁਹਾਡੇ ਬੱਚਿਆਂ ਨੂੰ ਪੁੱਛ ਗਿਆ ਸੀ ਕਿਸੇ ਦੇ ਗੋਡੀ ਗਾਡੀ ਕਰਨ ਗਏ ਆ ਚੋਨਾ ਚੂਨਾ ਲਾਇਆ ਇਹਨਾਂ ਨੇ ਕਿ ਨਹੀਂ ਲਾਇਆ ਕਿਉਂਕਿ ਪੰਜਾਬ ਦੀਆਂ ਧੀਆਂ ਨੇ ਲਾਇਆ ਪੜ੍ਹ ਲਿਖ ਕੇ ਲਾਇਆ ਔਰ ਉਹਨਾਂ ਨੂੰ ਫਿਕਰ ਆ ਆਪਦੀ ਗਰੀਬੀ ਦੇ ਆ ਗਰੀਬੀ ਕਿਵੇਂ ਚੱਕੀ ਐ ਤੇਰੀ ਸਰਕਾਰ ਦੇ ਵਿੱਚ ਵੀ ਉਹ ਦੁਖੀ ਰਹੇ ਆ ਸੁਖਬੀਰ ਸਿੰਘ ਦੱਸ ਦੀ। ਅੱਛਾ ਸੁਖਬੀਰ ਸਿੰਘ ਕਦੇ ਤੁਹਾਨੂੰ ਥਾਣੇ ਤੋਂ ਧੱਕੇ ਵੱਜਿਆ? ਕਿਉਂ ਸੁਖਬੀਰ ਸਿੰਘ? ਕਦੇ ਥਾਣੇ ਤੋਂ ਧੱਕੇ ਵੱਜਿਆ ਤੁਹਾਨੂੰ? ਕਦੇ ਹਸਪੀਟਲ ਜਾ ਕੇ ਪੈਸਿਆਂ ਤੋਂ ਰੋਏ ਆ? ਅੱਜ ਤਾਂ ਲਾਜ ਹਸਤੇ ਪੈਸੇ ਹੈ ਨਹੀਂ ਦਵਾਈ ਲੈਣੀ ਸੀ। ਰੋਏ ਆ ਕਦੇ? ਜਾ ਕਦੇ ਹਸਪੀਟਲ ਦੇ ਵਿੱਚ ਜਾ ਕੇ ਹੋਇਆ ਹੋਵੇ ਤੁਹਾਨੂੰ ਕੋਈ ਡਾਕਟਰ ਨੇ ਕੋਈ ਕਿਹਾ ਹੋਵੇ ਕਿ ਅਸੀਂ 9 ਵਜੇ ਤੋਂ ਲੈ ਕੇ 2 ਵਜੇ ਤੱਕ ਡਿਊਟੀ ਕਰਦੇ ਆਂ। ਹੁਣ 2:15 ਹੋ ਗਏ ਸਾਡੀ ਡਿਊਟੀ ਖਤਮ ਹੋ ਗਈ ਕਦੇ ਕਿਸ ਨੇ ਆਇਆ ਮੇਰਾ ਭਰਾ ਜਵਾਬ ਨਹੀਂ ਥੋੜਾ ਜਿਹਾ ਕਦੇ ਕਿਸੇ ਨੇ ਤੋਂ ਤੁਹਾਡੇ ਜਿਹੜੇ ਬੱਚੇ ਆ ਪੰਜਾਬ ਦੇ ਵਿੱਚ ਇਹੋ ਜਿਹੇ ਬੱਚੇ ਆ ਇਹੋ ਜੀਆਂ ਧੀਆ ਮੈਂ ਇੱਕ ਦਿਨ ਵੀਡੀਓ ਵੇਖ ਰਿਹਾ ਸੀ ਉਹ ਐਸੀ ਕੈਟਾਗਰੀ ਦੀ ਧੀਆ ਨਹੀਂ ਸੀ ਉਹ ਕਹਿੰਦੀ ਬਹੁਤ ਇਹੋ ਜਿਹੇ ਫਲ ਹੈਗੇ ਆ ਜਿਹੜੇ ਕਦੇ ਮੈਂ ਖਾ ਕੇ ਨਹੀਂ ਵੇਖੇ ਖਲੂਟ ਜੀ ਨੂੰ ਆਪਾਂ ਕਹਿ ਦਿੰਨੇ ਆਂ ਇੰਗਲਿਸ਼ ਵਿੱਚ ਉਹ ਇਹੋ ਜਿਹੇ ਫੂਡ ਆ ਜਿਹੜੇ ਉਹਨਾਂ ਨੇ ਕਦੇ ਖਾ ਕੇ ਨਹੀਂ ਵੇਖੇ ਜਿਹੜੇ ਮੈਂ ਕਹੂੰਗਾ ਇਹੋ ਜਾਂ ਕੋਈ ਫਾਲ ਨਹੀਂ ਹੋਣਾ ਜਿਹੜਾ ਤੁਸੀਂ ਕੋਈ ਛੱਡਿਆ ਨਹੀਂ ਹੋਣਾ ਤੇ ਤੇਰਾ ਪਰਿਵਾਰ ਆ ਇਹ ਬੱਸਾਂ ਪੰਜਾਬ ਦੇ ਲੋਕਾਂ ਦੀਆਂ ਚੱਲਦੀਆਂ ਮੈਨੂੰ ਦੱਸੀ ਭਰਾ ਚੱਲਦੀਆਂ ਪੰਜਾਬ ਦੇ ਲੋਕਾਂ ਦੀਆਂ ਜਿੰਨੀਆਂ ਥੋੜੀਆਂ ਚੱਲਦੀਆਂ ਅੱਛਾ ਮੈਨੂੰ ਇਹ ਜਵਾਬ ਦੇਣੇ ਪੈਣਗੇ ਅੱਜ ਇਹ ਕਿਸੇ ਦੇ ਤੋਂਮਤਾਂ ਲਾਉਣੀਆਂ ਬਹੁਤ ਸੌਖੀਆਂ ਹੁੰਦੀਆਂ ਸੁਖਬੀਰ ਸਿਆ ਪਰ ਜਿਹੜਿਆ ਗੱਪ ਜੇ ਧੱਕੀ ਤੁਰੇ ਆਉਂਦੇ ਨੇ ਨਾ ਮੈਨੂੰ ਇਹ ਮੈਨੂੰ ਇਹ ਜਿਹੜੇ ਕਹਦਾ ਵੀ ਚੰਗੇ ਨਹੀਂ ਲੱਗਦੇਗੇ ਤੁਸੀਂ ਅੱਜ ਪਹਿਲਾਂ ਕਾਂਗਰਸ ਨੂੰ ਕਹੀ ਜਾਂਦੇ ਸੀ ਹੁਣ ਤੁਸੀਂ ਝਾੜੂ ਵਾਲੇ ਨੂੰ ਕਹੀ ਜਾਂਦੇ ਆ ਮੈਂ ਤੁਹਾਨੂੰ ਇਹ ਪੁੱਛ ਲਵਾਂ ਭਰਾ ਮੈਨੂੰ ਇਹ ਗੱਲ ਦਾ ਜਵਾਬ ਨਹੀਂ ਵੀ ਤੁਹਾਡੇ ਰਾਜ ਦੇ ਵਿੱਚ ਕਿਸੇ ਨੂੰ ਮਿਲਦਾ ਸੀ ਰੇਤਾ ਰੁੱਤਾ ਤੇਰੇ ਰਾਜ ਦੇ ਵਿੱਚ ਅਸੀਂ ਦੋ ਕਮਰੇ ਪਾਏ ਸੀ 2010 11 ਦੀ ਗੱਲ ਆ ਤੇ ਸਾਨੂੰ ਪਤਾ ਰੇਤਾ ਕਿਵੇਂ ਲਿਆ ਸੀ ਇਹ ਮੈਨੂੰ ਤੁਸੀਂ ਦੱਸੋਗੇ ਕਿ ਰੇਤਾ ਤੁਹਾਡੇ ਵੀ ਤੁਸੀਂ ਪਿੰਡ 'ਚ ਸਟਾਉਂਦੇ ਸੀ ਵੀ 200 ਟਰਾਲੀ ਜਿਹਨੇ ਚੱਕਣੀ ਚੱਕ ਲੋ ਜੇ ਬਈ ਲਾ ਲੋ ਜੀ ਇੱਥੇ ਪਰ ਚਿਕਟਾ ਰੋਜ ਇਥੇ ਕੀ ਗੱਲਾਂ ਕਰੀ ਜਾਂਦਾ ਯਾਰ ਕਿਹੜੀਆਂ ਗੱਲਾਂ ਹੈ ਤੇਰੇ ਘਰ ਵਾਲੀ ਦੇ ਅਸੀਂ ਬਿਆਨ ਸੁਣਦੇ ਆ ਕਹਿੰਦੇ ਪੰਜਾਬ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੇ ਨਸ਼ਾ ਬੰਨਤਾ ਕੀ ਕਰਨਾ ਸੀ ਉਲਟਾ ਹੋਰ ਚਲਾਤਾ ਤਾਂ ਮੈਨੂੰ ਤੁਸੀਂ ਦੱਸੋ ਤੁਹਾਡੇ ਆਰੀ ਕੀ ਨਹੀਂ ਹੁੰਦਾ ਸੀ ਉਹ ਨੌਜਵਾਨ ਤੁਸੀਂ ਕਟਾਉਂਦੇ ਰਹੇ ਆ ਕਿਸਾਨ ਤੁਸੀਂ ਕਟਾਉਂਦੇ ਰਹੇ ਆ ਤੇ ਮਜ਼ਦੂਰਾਂ ਨੂੰ ਤਾਂ ਤੁਸੀਂ ਦਿਮਾਗੀ ਤੌਰ ਤੇ ਘਰੋ ਘਰੀ ਮਾਰਤਾ ਉਹਨਾਂ ਦੇ ਹੱਕ ਲੈਣ ਜੋਗਰਾਂ ਨਹੀਂ ਛੱਡਿਆ ਤੁਸੀਂ ਤੁਸੀਂ ਉਹਨਾਂ ਨੂੰ ਅਜੇ ਤੱਕ ਦਿੱਤਾ ਕੱਖ ਨਹੀਂ ਗਾ ਆਪਦੇ ਘਰ ਭਰ ਲਏ ਆਲਦੀਆਂ ਕੋਠੀਆਂ ਪਾਲੀਆਂ ਉਹ ਇਹੋ ਜਿਹੇ ਲੋਕਾਂ ਦੇ ਇਹੋ ਜਿਹਿਆਂ ਠੰਡਾਂ ਦੇ ਵਿੱਚ ਕਈ ਲੋਕ ਠੰਡਾ ਚ ਮਰੀ ਜਾਂਦੇ ਆ ਸੁਖਬੀਰ ਬਾਦਲ ਠੰਡਾ ਚ ਮਰੀ ਜਾਂਦੇ ਆ ਤੇਰੇ ਬੱਚੇ ਕੀ ਠੰਡਾ ਤੋਂ ਬਿਨਾਰ ਜਾਇਗਾ ਤੋਂ ਰਹਿ ਰਹੇ ਆ ਤੇਰੇ ਬੱਚੇ ਬਿਨਾ ਕਮਰਿਆਂ ਤੋਂ ਰਹਿ ਰਹੇ ਆ ਤੇਰਾ ਪਰਿਵਾਰ ਨਹੀਂ ਗਾ ਇਹ ਨਹੀਂ ਕਹਣੀ ਆ ਕੱਲ ਜੇ ਕਰੇ ਪੰਜਾ ਤੇਰਾ ਪਰਿਵਾਰ ਹੁੰਦਾ ਇੱਥੇ ਮਾਵਾਂ ਦੇ ਪੁੱਤ ਸੱਤ ਸਮੁੰਦਰੋਂ ਪਾਰ ਨਹੀਂ ਹੋਣੇ ਸੀ ਇੱਥੇ ਮਾਵਾਂ ਦੇ ਪੁੱਤ ਮੈਂ ਕਹੂੰਗਾ ਨਸ਼ਿਆਂ ਦੀ ਇੱਥੇ ਖੁੱਡੀ ਜਿੱਚ ਨਹੀਂ ਆਉਣੇ ਸੀਗੇ ਮੰਨਦੇਂ ਗੱਲ ਤੁਸੀਂ ਗੱਲਾਂ ਕਰੀ ਜਾਂਦੇ ਆ ਐ ਕਰਤਾ ਉਹ ਕਰਤਾ ਸਾਡਾ ਪਰਿਵਾਰ ਸੀ ਕਿਹੜਾ ਤੁਹਾਡਾ ਪਰਿਵਾਰ ਸੀ ਮੈਨੂੰ ਪਰਿਵਾਰ ਦੱਸੋ ਪਹਿਲਾਂ ਇਹ ਸਿਰਫ ਤੇ ਸਿਰਫ ਝੂਠਾਂ ਦੀ ਰਾਜਨੀਤੀ ਕਰ ਕਰਕੇ ਤੁਸੀਂ ਲੋਕਾਂ ਦਾ ਬੇੜਾ ਗਰਕ ਕੀਤਾ ਮੈਂ ਤਾਂ ਜਲਾਲਾਬਾਦ ਹਲਕੇ ਦਾ ਹੀ ਰਹਿਣ ਵਾਲਾ ਤੇਰੇ ਖਿਲਾਫ ਮੈਂ ਐਮਐਲਏ ਦੀ ਚੋਣ ਲੜੀ ਸੀ ਕਿਉਂਕਿ ਤੇਰੇ ਗੱਲਾਂ ਸੱਚ ਘੱਟ ਤੇ ਝੂਠ ਜਾਦੇ ਸੀ ਇਸੇ ਹਲਕਾ ਜਲਾਲਾਬਾਦ ਦੇ ਵਿੱਚ ਧੀਆਂ ਧਿਆਣੀਆਂ ਪੜ੍ਹ ਲਿਖ ਕੇ ਝੋਨੇ ਲਾਉਂਦੀਆਂ ਫਿਰਦੀਆਂ ਇਸੇ ਹਲਕੇ ਦੇ ਵਿੱਚ ਨੌਜਵਾਨ ਪੜ੍ਹ ਲਿਖ ਕੇ ਤੁਹਾਡੇ ਤੋਂ ਲਾਠੀ ਚਾਰਜ ਕਰਾਉਂਦੇ ਰਹੇ ਆ ਇਸੇ ਹਲਕੇ ਦੇ ਵਿੱਚ ਇਹੋ ਜਿਹੇ ਗਰੀਬ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਪਹਿਲੀ ਤੋਂ ਲੈ ਕੇ ਅਠਵੀਂ ਤੱਕ ਦਾ ਸਕੂਲ ਆ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦਾ ਸਕੂਲ ਉਹਨਾਂ ਪਿੰਡਾਂ ਦੇ ਵਿੱਚ ਤੇਰੇ ਤਗੜੇ ਤਗੜੇ ਲੀਡਰ ਰਹਿੰਦੇ ਸੀ ਅੱਜ ਤੱਕ ਵੀ ਇਹ ਸਾਲ ਕਿਹੜੇ ਵਿੱਚ ਸਕੂਲ ਆ ਜਿਹੜੇ ਉਹ 12ਵੀਂ ਤੱਕ ਦੇ ਨਹੀਂ ਬਣੇ ਤਾਂ ਸੁਖਬੀਰ ਸਿੰਘ ਤੂੰ ਕਿਵੇਂ ਕਹਿ ਸਕਦਾ ਵੀ ਇਹ ਤੇਰਾ ਪਰਿਵਾਰ ਆ ਤੇਰੇ ਬੱਚੇ ਕਾਰਾਂ 'ਚ ਘੁੰਮਣ ਆਵੇ ਤੇ ਇੱਥੇ ਜਿਹੜੇ ਪੰਜਾਬ ਦੇ ਬੱਚੇ ਆ ਜਿਹੜੇ ਪੰਜਾਬ ਦੇ ਗਰੀਬਾਂ ਦੇ ਬੱਚੇ ਆ ਚਾਹੇ ਉਹ ਕੋਈ ਜੱਟ ਹੋਵੇ ਚਾਹੇ ਕੋਈ ਮਜਬੀ ਸਿੱਖ ਹੋਵੇ ਚਾਹੇ ਕੋਈ ਰਵਿਦਾਸੀ ਹੋਵੇ एससीबीसी जर्नल मैं कहूंगा हिंदू मुस्लिम सिख ईसाई ਜਿਹੜੇ ਗਰੀਬ ਲੋਕ ਇਹਨਾਂ ਦੇ ਵਿੱਚ ਉਹ ਧੱਕੇ ਖਾਂਦੇ ਫਿਰਦੇ ਆ ਕਦੇ ਰੇੜੀਆਂ ਵਾਲਿਆਂ ਦਾ ਹਾਲ ਜਾਣਿਆ ਸੁਖਬੀਰ ਸਿੰਘ ਜਾਣਿਆ ਕਦੇ ਹਾਲ ਸਿਰਫ ਤੇ ਸਿਰਫ ਕਲਾ ਕਰ ਕਰਕੇ ਤੁਸੀਂ ਰਾਜਨੀਤੀ ਚਲਾਈ ਆ ਉਹ ਅਸਲ ਤੇ ਵਿੱਚ ਨਾ ਪੰਜਾਬ ਬਰਬਾਦ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਡੇ ਝੂਠਾਂ ਦਾ ਹੱਥ ਹੁੰਦਾ ਸਭ ਤੋਂ ਜ਼ਿਆਦਾ ਝੂਠਾਂ ਦਾ ਹੱਥ ਹੁੰਦਾ ਤੁਸੀਂ ਐਸਸੀ ਕੈਟਾਗਰੀ ਦੇ ਲੋਕਾਂ ਨੂੰ ਏ ਤੁਸੀਂ ਫਰੀ ਦਾ ਆਟਾ ਰਾਛਨ ਦਾਲ ਦੇ ਕੇ ਔਕਾਤ ਯਾਦ ਬੋਣਿਆ ਕਈ ਲੋਕਾਂ ਨੇ ਕਿ ਰਾਛਨ ਦਾ ਬੜਾ ਵਧੀਆ ਜੀ ਉਹ ਮੈਂ ਕਹਿੰਦਾ ਭਲਿਓ ਮਾਨਸਾ ਤੁਹਾਡੇ ਬੱਚਾ ਨੂੰ ਕੋਈ 30-30 ਹਜ਼ਾਰ 25-25 ਹਜ਼ਾਰ ਦੀ ਨੌਕਰੀ ਦਿੱਤੀ ਹੁੰਦੀ ਤੇ ਅੱਜ ਤੁਸੀਂ ਮਰਨਾ ਨਹੀਂ ਸੀਗਾ ਸੁਖਬੀਰ ਸਿੰਘ ਅਨਪੜ੍ਹ ਵਿਅਕਤੀਆਂ ਨੂੰ ਨੌਕਰੀ ਮਿਲ ਸਕਦੀ ਆ ਪਰ ਅੱਜ ਤੁਸੀਂ ਤਾਂ ਇੱਥੇ ਪੜ੍ਹਿਆ ਲਿਖਿਆ ਨੂੰ ਨੌਕਰੀਆਂ ਨਹੀਂ ਦਿੱਤੀਆਂ ਤੇਰੀ ਤੁਹਾਡੀ ਵਾਈਫ ਦੇ ਬਿਆਨ ਸੁਨੇ ਮੈਂ ਇਤੋਂ ਪੰਜ ਚਾਰ ਦਿਨ ਪਹਿਲਾਂ ਉਹਨਾਂ ਦਾ ਬਿਆਨ ਕੀ ਸੀ ਕਿ ਅਖੇ ਸਾਡਾ ਜਿਹੜਾ ਪਸੂਬਾ ਉਹ ਇੱਥੇ ਨੌਜਵਾਨੀ ਬੇਰੁਜ਼ਗਾਰ ਘੁੰਦੀ ਫਿਰਦੀ ਆ ਤੇ ਜਿਹੜੀ ਥੋੜੀ ਮਤਲਬ ਸਰਕਾਰ ਤੇ ਜੱਜ ਲਾਏ ਸੀ ਲੋਕਾਂ ਦੇ ਪੁੱਤ ਮੈਨੂੰ ਉਹ ਵਿਖਾ ਦਿਓ ਕਿੱਥੇ ਕਿਹੜੀ ਕੋਰਟ 'ਚ ਬੈਠੇ ਹੋ ਕਿਹੜੀ ਕੋਰਟ 'ਚ ਕੋਈ ਵਕੀਲੀ ਦਾ ਮੈਂ ਕਹਿੰਦਾ ਵੀ ਵਕੀਲੀ ਦਾ ਜਿਹ ਵਕੀਲੀ ਦਾ ਆਪਦਾ ਲਾ ਲਾ ਕਰਕੇ ਤੁਹਾਡੇ ਉੱਤੇ ਕੇਸ ਲੜੀ ਜਾਂਦਾ ਮੈਨੂੰ ਉਹ ਵਿਖਾ ਦਿਓ ਕਿਹੜੇ ਥਾਣੇ ਦੇ ਵਿੱਚ ਲਾਇਆ ਤੁਸੀਂ ਮੈਨੂੰ ਉਹ ਦੱਸ ਦੋ ਜੇ ਲੱਗੇ ਹੋਣਗੇ ਤਾਂ ਤੁਹਾਡੇ ਬੰਦੇ ਲੱਗੇ ਹੋਣਗੇ ਜੇ ਕਹਤ ਨਾ ਸਾਡੇ ਬੰਦੇ ਕਿਹੜੇ ਮੈਂ ਤੁਹਾਡੇ ਬੰਦਿਆਂ ਬਾਹਾਂ ਕੱਢ ਕੇ ਵਿਖਾ ਦੇਣੇ ਵੀ ਆ ਲੱਗੇ ਇੱਕ ਇੱਕ ਘਰ ਦੇ 4 4 ਜੀ ਫੇਰ ਆ ਲੱਗੇ 2 2 ਜੀ ਜਿਹੜੇ ਕਿ ਤੁਹਾਡੀ ਪਾਰਟੀ ਦੇ ਨਾਲ ਪੱਕੇ ਆ ਉਹ ਤੁਹਾਡੇ ਬੰਦਿਆਂ ਨੇ ਫਾਇਦੇ ਲਏ ਆ ਤੁਸੀਂ ਕਿਹੜਾ ਪਰਿਵਾਰ ਕਹਿ ਰਹੇ ਆ ਮੈਂ ਤੁਹਾਨੂੰ ਇਹ ਕਹਿਣਾ ਅਣਪੜ੍ਹ ਵਿਅਕਤੀਆਂ ਨੂੰ ਨੌਕਰੀ ਮਿਲ ਸਕਦੀ ਸੀ ਪਰ ਤੁਸੀਂ ਪੜ੍ਹਿਆ ਲਿਖਿਆ ਨੂੰ ਨੌਕਰੀਆਂ ਨਹੀਂ ਦਿੱਤੀਆਂ ਤੁਸੀਂ ਕਦੇ ਵੀ ਲੋਕ ਸਭਾ ਜਾ ਕੇ ਕਦੇ ਵੀ ਵਿਧਾਨ ਸਭਾ ਜਾ ਕੇ ਮੁੱਦੇ ਨਹੀਂ ਚੱਕੇ ਕਮੇਟੀਆਂ ਕੀਤੀਆਂ ਤੁਸੀਂ ਕੱਲੇ ਭਗਵੰਤ ਮਾਨ ਨੂੰ ਕਮੇਡੀਅਨ ਕਹਿ ਦਿੰਨੇ ਆ ਉਹ ਤਾਂ ਕਮੇਡੀ ਕਰਕੇ ਕੋਈ ਮਾਰਾ ਮੋਟਾ ਲੋਕਾਂ ਨੂੰ ਹਸਾ ਵੀ ਆਉਂਦਾ ਪਰ ਤੁਸੀਂ ਤਾਂ ਝੂਠ ਮਾਰ ਕੇ ਰਵਾਉਣ ਅੱਕਾ ਕਰ ਦਿੰਦੇ ਆ ਬੰਦੇ ਨੂੰ ਵੀ ਆ ਚੀਜ਼ਾਂ ਹੋਣਗੀਆਂ ਕਿੱਥੇ ਮੈਂ ਅੱਜ ਬੀਬਾ ਦੀ ਗੱਲ ਕਰਾਂ ਜਾ ਕੇ ਹੁਣ ਲੋਕ ਸਭਾ 'ਚ ਬੋਲ ਕੇ ਆਏ ਬਿਲ 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 ਐਂ ਕਰ ਰਹੇ ਉੱਥੇ ਉਹਦਾ ਕੀ ਹੋ ਗਿਆ ਉੱਥੇ ਤੁਸੀਂ ਬਠਿੰਡੇ ਵਾਸਤੇ ਹਸਪੀਟਲ ਮੰਗੇ ਆ ਬਠਿੰਡੇ ਵਾਸਤੇ ਸਕੂਲ ਮੰਗੇ ਆ ਬਠਿੰਡੇ ਵਾਸਤੇ ਕੋਈ ਚੰਗਾ ਤੁਸੀਂ ਜਿਹੜਾ ਕਹਿ ਲੋ ਵੀ ਆਪਣਾ ਕਾਨੂੰਨ ਵਿਵਸਥਾ ਵਾਸਤੇ ਕੋਈ ਸਾਧਨ ਸਫਤਾ ਮੰਗਿਆ ਕੋਈ ਜਾਂ ਹੋਰ ਕੋਈ ਇੱਥੇ ਜਿਹੜੀਆਂ ਦਿੱਕਤਾਂ ਹੁੰਦੀਆਂ ਲੋਕਾਂ ਨੂੰ ਉਹ ਮੰਗਿਆ ਰੋਜ਼ਗਾਰ ਮੰਗਿਆ ਯਾਰ ਹੈ ਤੁਸੀਂ ਵੀ ਉਹਨਾਂ ਨਾਲ ਦੇ ਤੁਸੀਂ ਆਪਦੇ ਆਪ ਨੂੰ ਚੰਗੇ ਕਿਉਂ ਕਹਿ ਰਹੇ ਆ ਤੁਸੀਂ ਮੈਨੂੰ ਦੱਸੋ ਤਾਂ ਸਹੀ ਜੇ ਤੁਸੀਂ ਨਸ਼ੇ ਦੀ ਗੱਲ ਕਰਦੇ ਆ ਤੁਸੀਂ ਸਾਰਾ ਟੱਬਰ ਮੇਰੇ ਨਾਲ ਆਪ ਦਾ ਸਾਰੇ ਜੀ ਲੈ ਕੇ ਗੁਰਦੁਆਰੇ ਚੜਜੋ ਇਧਰੋਂ ਮੈਂ ਗੁਰਦੁਆਰੇ ਚੜ ਜਿੰਨਾ ਵਿਲੈਕਸ਼ਨਾਂ ਵੇਲੇ ਤੁਸੀਂ ਉਹ ਸਰਬਤ ਘੱਲਦੇ ਆ ਕਿ ਨਹੀਂ ਘੱਲਦੇ ਮੁਕਰਨ ਜੋ ਕਰੇ ਨਹੀਂ ਗਏ ਇਹ ਤੁਸੀਂ ਯਾਦ ਰੱਖ ਲੋ ਗੱਲ ਮੇਰਾ ਬਾਪ ਕਿਸੇ ਟਾਈਮ ਤੇ ਸੁਖਵੀਰ ਸਿੰਘ ਤੇਰਾ ਫੈਨ ਹੁੰਦਾ ਸੀ ਤੋਂ ਨੂੰ ਕਾਲਿੰਗਦਾਲ ਚ ਮੈਂ ਕੱਢਿਆ ਸੀ ਮੈਂ ਕਿਹਾ ਨਹੀਂ ਇੱਥੇ ਲੋਕ ਕੱਚੇ ਕੋਠੇ ਪਾਏ ਆ ਕਹਣਗੇ ਸਾਡੀ ਮਾਂ ਪਾਲਟੀ ਕਾਲੀਦਾਲੋਂ ਕੰਜਰ ਦਿਓ ਮਾਂ ਦਾ ਸ਼ਬਦ ਬਹੁਤ ਵੱਡਾ ਹੁੰਦਾ ਮੈਂ ਮਾਫੀ ਚਾਹੁੰਦਾ ਜੇ ਮੈਂ ਕੁਝ ਗਲਤ ਕਿਹਾ ਹੋਵੇ ਜਿਹੜੀ ਮਾਂ ਹੁੰਦੀ ਆ ਬੱਸ 'ਚ ਬੈਠੀ ਹੋਵੇ ਤੇ ਬੱਸ ਦੇ ਵਿੱਚ ਲਗਭਗ ਸੀਟਾਂ ਦਾ 50 55 ਹੁੰਦੀਆਂ ਪਰ ਹੁੰਦੇ ਉਹਦੇ ਵਿੱਚ 70 80 ਜਣੇ ਆ ਤੇ ਪਰ ਜਿਹੜੀ ਮਾਂ ਹੁੰਦੀ ਆ ਉੱਥੇ 70 80 ਜਣਿਆਂ ਦੇ ਸਾਹਮਣੇ ਆਪ ਦੀ ਇੱਜ਼ਤ ਨੰਗੀ ਕਰਕੇ ਬੱਚੇ ਨੂੰ ਦੁੱਧ ਪਿਉਂਦੀ ਆ ਤੇ ਮੈਨੂੰ ਤੁਸੀਂ ਦੱਸੋ ਵੀ ਮਾਂ ਦਾ ਸ਼ਬਦ ਛੋਟਾ ਕੋਈ ਇਹ ਮਾਂ ਤੁਸੀਂ ਐਵੇਂ ਕਹਤਾ ਵੀ ਸਾਡੀ ਮਾਂ ਪਾਰਟੀ ਕਾਲੀ ਦਲ ਝੂਠਾਂ ਦੇ ਆਕਾਰ ਤੇ ਕਦੇ ਵੀ ਸਗਵੀਰ ਸਿੰਘ ਹੁਣ ਸਰਕਾਰ ਨਾ ਬਣਾਈ ਜੇ ਕੁਝ ਕਰ ਸਕਦਾ ਤਾਂ ਕਰਕੇ ਵਿਖਾ ਦੇ ਝੂਠਾਂ ਦੇ ਨਾਲ ਤਾਂ ਗੱਲਾਂ ਹੋ ਜਾਂਦੀਆਂ ਤੇ ਅਸਲ ਦੇ ਵਿੱਚ ਜਿਹੜੇ ਲੋਕ ਮੈਂ ਅੱਜ ਦੱਸ ਦੇਵਾਂ ਇਹ ਜਿਹੜੇ ਲੋਕ ਆ ਇਹਨਾਂ ਦਾ ਦਿਮਾਗ ਦੇ ਵਿੱਚ ਤੁਸੀਂ ਇਹ ਬਾਤਾਂ ਵਿਚਾਇ ਕੋਈ ਮਰਜ਼ੀ ਆ ਜੇ ਕਿਸੇ ਨੇ ਕੁਛ ਨਹੀਂ ਕਰਨਾ ਤੇ ਲੋਕ ਐਡੇ ਬਾਦਦਮਾਕੇ ਲੋਕ ਆ ਇਹ ਕਹਿਣਗੇ ਜਿਹੜਾ ਮਰਜ਼ੀ ਆ ਜੇ ਅਸੀਂ ਤਾਂ ਆਪਦਾ ਕੰਮ ਇਹੀ ਕਰਨਾ ਨਹੀਂ ਜਿੱਦੇ ਤੁਸੀਂ ਇਹ ਗੱਲ ਕਹਿਣੀ ਬੰਦ ਕਰਤੀ ਉਹਦੇ ਤੁਸੀਂ ਸੁਖਬੀਰ ਦੀਆਂ ਕੁਰਸੀਆਂ ਨੂੰ ਹੱਥ ਪਾ ਲਓਗੇ ਕਿਉਂਕਿ ਕਾਰਨ ਇਹ ਆ ਕਿ ਜਿਹੜਾ ਇੱਕ ਫੂਨ ਮੰਤਰੀ ਹੁੰਦਾ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਖਾਣ ਪੀਣ ਖਾਣੇ ਆ ਜਾਂ ਜਿਹੜੀ ਆ ਤੁਹਾਨੂੰ ਰਚ ਰੁਚਣ ਮਿਲਦਾ ਜਿਹੜਾ ਤੁਹਾਨੂੰ ਇਦਾਂ ਰੱਖੀ ਕਰਨੀ ਹੁੰਦੀ ਆ ਉਹਨੇ ਮੰਤਰੀ ਨੇ ਪਰ ਇੱਥੇ ਕਿਸੇ ਨੂੰ ਕੋਈ ਨਹੀਂ ਪੁੱਛਦਾ ਸਭ ਗੱਲਾਂ ਇੱਥੇ ਗੱਲਾਂ ਕਰ ਕਰਕੇ ਸਮਾਂ ਟਪਾਤਾ ਇਹਨਾਂ ਨੇ ਜਿਹੜੇ ਆਪਾਂ ਕਹਿੰਨੇ ਵਿੱਤ ਮੰਤਰੀ ਬਣ ਗਿਆ ਉਹ ਦੂਜਾ ਖਜ਼ਾਨਾ ਮੰਤਰੀ ਬਣ ਗਿਆ ਆਪਣਾ ਉਹਨੇ ਵੇਖਣਾ ਹੁੰਦਾ ਵੀ ਕਿੰਨਾ ਖਜ਼ਾਨਾ ਆ ਗਿਆ ਕਿੰਨਾ ਕੀ ਹੋ ਗਿਆ ਹੁਣ ਪੰਜਾਬ ਨੂੰ ਕੀ ਦੇਣਾ ਕੀ ਨਹੀਂ ਦੇਣਾ ਇੱਥੇ ਭਾਈ ਸਾਹਿਬ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਚੋਰ ਹੀ ਚੋਰ ਬੈਠੇ ਆ ਪੰਜਾਬ ਜਾਂ ਇੰਡੀਆ ਚ ਲਾ ਲੋ ਪਹਿਲਾਂ ਤੁਹਾਨੂੰ ਪਹਿਲਾਂ ਪਤਾ ਕਰਨਾ ਪੈਣਾ ਵੀ ਦੇਸ਼ ਨੂੰ ਬਚਾਉਣ ਵਾਸਤੇ ਤੁਹਾਡਾ ਵੀ ਜਿਹੜਾ کردار ਨਾਲ ਲੱਗਣਾ ਇਹ ਨਹੀਂ ਵੀ ਕਿਸੇ ਨੇ ਕਹਾਦਾ ਚਲੋ ਜੀ 200 ਯੂਨਟ ਮਾਫ ਚਲੋ ਇਹਨੇ 200 ਕਹੇ ਦੀ ਇਹਨੇ ਵੀ ਉਹਨੇ ਕਹਤਾ 300 ਯੂਨਟ ਮਾਫ ਚਲ ਜੀ ਇਹਨੇ 300 ਕਹਤੀ ਇਹ ਨਹੀਂ ਗੱਲ ਵੀ ਕਹਤੇ 400 ਯੂਨਟ ਥੋਡੇ ਨਾ ਐਡਾ ਦਿਮਾਗ ਖਚਰਾ ਕਰਤਾ ਬਾਦਲ ਕਹਨੇ ਤੁਹਾਨੂੰ ਫਰੀ ਦੀ ਆਟਾ ਰਾਸ਼ਨ ਦਾਲ ਦੇ ਦੇ ਕੇ ਥੋਡੀਆਂ ਧੀਆਂ ਪੜੀਆਂ ਲਿਖੀਆਂ ਸੀ 12 ਕੀਤੀਆਂ 10 ਕੀਤੀਆਂ ਤੇ ਕਾਰਨ ਪਤਾ ਕੀ ਕਹਿੰਦੇ ਤੁਹਾਡੀਆਂ ਕੁੜੀਆਂ ਨੂੰ ਅਸੀਂ ਸगन ਸਕੀਮ ਦੇਣੀ ਆ ਤੁਸੀਂ ਖੁਸ਼ ਹੋਗੇ ਹਾਲਾਂਕਿ ਤੁਹਾਡੀ ਕੁੜੀ ਪੜੀ ਲਿਖੀ ਸੀ ਉਹਨੂੰ ਭਾਈ ਸਾਹਿਬ ਲਗਭਗ 21000 ਤੋਂ ਲੈ ਕੇ 31000 ਤੱਕ ਦੀ ਨੌਕਰੀ ਦੇ ਸਕਦੇ ਸੀ ਪਰ ਨਹੀਂ ਜੇ 25000 ਦੀ ਵੀ ਨੌਕਰੀ ਦੇ ਦਿੰਦੇ ਤਾਂ 4 ਮਹੀਨਿਆਂ ਚ ਲੱਖ ਰੁਪਏ ਨਾਲ ਆਪਾਂ ਗਰੀਬ ਲੋਕ ਵਿਆਹ ਕਰ ਦਿੰਨੇ ਆ 50000 ਨਾਲ ਵਿਆਹ ਕਰ ਦਿੰਨੇ ਆ ਤੇ ਇਹ ਤਾਂ ਲੋਕ ਲੱਖਾਂ ਰੁਪਏ ਚ ਰੀਵਨ ਕਟਾਈ ਕਰਦੇ ਆ ਸਿਰਫ ਝੂਠਾਂ ਦੇ ਇਹਨਾਂ ਦੇ ਕੰਮ ਆ ਝੂਠਾਂ ਦੇ ਹੋਰ ਕੁਝ ਨਹੀਂ ਇਹਨਾਂ ਦੇ ਭਲੇ ਤੇ ਮੈਂ ਸੁਖਵੀਰ ਨੂੰ ਕਹੂੰਗਾ ਭਲਾ ਮਾਨਸਾ ਇਹਨਾਂ ਕਿਆ ਕਰ ਵੀ ਤੇਰਾ ਪਰਿਵਾਰ ਹੈ ਪਕਾਲੀ ਦਾ ਪਰਿਵਾਰ ਪਾਰਟੀ ਆ ਜਾਂ ਕਿਵੇਂ ਅਸੀਂ ਜਾਣਦੇ ਆ ਕਿਹੜੀ ਪਰਿਵਾਰ ਪਾਰਟੀ ਆ ਇਹ ਕਿਹੜੀ ਤੁਸੀਂ ਸਿਰਫ ਇਨਾ ਕਿਆ ਕਰੋ ਵੀ ਜਿਹੜੀ ਕਾਲੀ ਦਾ ਲੋ ਸਿਰਫ ਬਾਦਲ ਪਰਿਵਾਰ ਪਾਰਟੀ ਆ ਉਹ ਸਿਰਫ ਆਪਦੀਆਂ ਕਾਰਾਂ ਜੀਪਾਂ ਚ ਘੁੰਮਣਾ ਚਾਹੁੰਦੀ ਆ ਉਹ ਸਿਰਫ ਆਪਦੀਆਂ ਬੱਸਾਂ ਚਲਾਉਣੀਆਂ ਚਾਹੁੰਦੀ ਆ ਹੋਰ ਉਹਨਾਂ ਨੂੰ ਪੰਜਾਬ ਦਾ ਫਿਕਰ ਨਹੀਂ ਜੇਕਰ ਪੰਜਾਬ ਦਾ ਫਿਕਰ ਹੁੰਦਾ ਤਾਂ ਸੁਖਬੀਰ ਸਿੰਘ ਐ ਏਡੇ ਇਹ ਭੜੇ ਲੋਕ ਵੀ ਨਹੀਂ ਅੱਜ ਵੀ ਤੇਰੀ ਸਰਕਾਰ ਇੱਥੇ ਹੁੰਦੀ ਪਰ ਮੇਰੀ ਇਹ ਬੇਨਤੀ ਹੈ ਤੁਸੀਂ ਝੂਠਾ ਦੇ ਨਾਂ ਤੇ ਸਾਰਾ ਕੰਮ ਕੀਤਾ ਮੈਂ ਕਹਾਂ ਅੱਜ ਕੀ ਤੁਸੀਂ ਕਰਨਾ ਚਾਹੁੰਦੇ ਆ ਪਹਿਲਾਂ ਮੈਂ ਪੜਾਵਾਂ ਗੱਲ ਕਲੀਅਰ ਕਰ ਦਵਾਂ ਜਿਹੜੇ ਨਹੀਂ ਪੜੇ ਲਿਖੇ ਉਹਨਾਂ ਨੂੰ ਵੀ ਨੌਕਰੀ ਮਿਲ ਸਕਦੀ ਆ ਪਿੰਡਾਂ ਦੇ ਵਿੱਚ ਕਈ ਐਹੋ ਜੀਆਂ ਜ਼ਮੀਨਾਂ ਹੁੰਦੀਆਂ ਜਿਹੜੀਆਂ ਸਰਕਾਰ ਦੇ ਨਾਂ ਹੁੰਦੀਆਂ ਕੋਈ ਵਕਫਾ ਬੋਰਡ ਦੇ ਨਾਂ ਹੁੰਦੀਆਂ ਤੇ ਇਹਨਾਂ ਦੇ ਲੀਡਰ ਹੀ ਉਰਾ ਪਰਵਾ ਕਰ ਲੈਂਦੇ ਉਹਨਾਂ ਨੂੰ ਮੇਰਾ ਇਹ ਕਹਿਣਾ ਹਰ ਪਿੰਡ ਦੇ ਵਿੱਚ 40 ਤੋਂ 50 ਕਿੱਲੇ ਪੰਚਾਇਤੀ ਜ਼ਮੀਨਾਂ ਪਿੰਗਾ ਜੇਕਰ ਉਹਨਾਂ ਦੇ ਵਿੱਚ ਡੈਰੀ ਫਾਰਮ ਖੋਲੇ ਜਾਣ ਉਹ ਸਰਕਾਰੀ ਕੀਤੇ ਜਾਣ ਕਰੋੜਾ ਰੁਪਇਆ ਨਲੋਕਨ ਦੱਸ ਦੇਵਾਂ ਵੀ ਇਹ ਦੁੱਧ ਜਿਹੜਾ ਕਹ ਲੋ ਵੀ ਇੱਥੇ ਤੁਹਾਨੂੰ ਮੋਟੀ ਮੋਟੀ ਗੱਲ ਦੱਸ ਦਿਨਾ ਉਸ ਤੋਂ ਬਾਅਦ ਮੈਂ ਗੱਲ ਸਮਾਪਤ ਕਰ ਦਿੰਨਾ ਵੀ ਜਿਹੜਾ ਡੈਰੀ ਫਾਰਮ ਖੋਲਦਾ ਨਾ ਤੇ ਉਹ ਲਗਭਗ ਉਹਨੂੰ ਸਬਸਿਡੀ ਬਹੁਤ ਆਉਂਦੀ ਆ ਦੁੱਧ ਕੋਈ ਵਿੱਚ ਮੱਝਾਂ ਕੋਈ ਰੱਖੇ ਤੇ ਸਰਕਾਰ ਉਹਨੂੰ ਕਹਿੰਦੇ ਵੀ ਇੰਨਾ ਤੈਨੂੰ ਮਾਫ਼ ਸਬਸਿਡੀ ਉਦਾਹਰਨ ਦੇ ਦੇਣਾ ਵੀ ਚਲ ਜੇ 15 ਕ ਲੱਖ ਦਾ ਲੋਨ ਚੱਕਿਆ ਤਾਂ 5-7 ਲੱਖ ਭਰ ਦੂਗਾ ਪਰ ਉਹਨੂੰ 7 ਕ ਲੱਖ ਮਾਫ਼ ਹੋ ਜਾਣਾ ਹੁਣ ਉਹ ਨਾ ਧੀ ਦੇ ਲੇਖੇ ਨਾ ਪੁੱਤ ਦੇ ਲੇਖੇ ਜੇਕਰ ਕਿਸੇ ਨੂੰ ਡੈਰੀ ਦੇ ਵਿੱਚੋਂ ਘਾਟਾ ਪੈ ਜੇ ਤਾਂ ਵੀ ਉਹਦਾ ਸਰਕਾਰ ਕਹਿੰਦਾ ਕੀ ਕਰਦੀ ਆ ਉਹ ਜਿਵੇਂ ਕਹਿ ਦਿੰਦੇ ਵੀ ਉਹ ਚਲੋ ਫਾਇਦਾ ਕਰ ਦੋ ਤੇ ਜਦੋਂ ਡੈਰੀ ਦੇ ਵਿੱਚੋਂ ਫਾਇਦਾ ਹੁੰਦਾ ਕੀ ਹੋ ਕਿ ਪਿੰਡਾਂ ਦੇ 10 ਬੰਦਿਆਂ ਨੂੰ ਐਵੇਂ ਗਰੀਬ ਲੋਕਾਂ ਨੂੰ ਦੁੱਧ ਪੀਂਦਾ ਅਦੇ ਨਹੀਂ ਪੀਂਦਾ ਮੈਂ ਹੁਣ ਇੱਥੇ ਕਹੂੰਗਾ ਕਿ ਉਹ ਡੈਰੀ ਫਾਰਮ ਸਰਕਾਰੀ ਕੀਤੇ ਜਾਣ ਜਦੋਂ ਇੱਕ ਪਿੰਡ ਦੇ ਵਿੱਚ 20-20 ਡੈਰੀ ਫਾਰਮ ਹੋਏ ਤਾਂ ਉੱਥੇ ਲਗਭਗ ਅਣਪੜ੍ਹ ਬੰਦੇ 10 ਰੱਖੇ ਜਾ ਸਕਦੇ ਆ ਜਿਹੜਾ ਕਿ ਪਹਿਲਾਂ ਤਾਂ ਸਵੇਰ ਨੂੰ ਲਾ ਲੋ ਤੁਸੀਂ ਜਿਹੜੀ ਜਿਹੜਾ ਡੇ ਨਾਈਟ ਜਿਹੜਾ ਕਰੂਗਾ ਦਿਨੇ ਡਿਊਟੀ ਕਰੂਗਾ ਪੰਜ ਵਿਅਕਤੀ ਤਾਂ ਉਹ ਹੋਗੇ ਜਿਹੜਾ ਪਟੇਕਦਾ ਪੱਠੇ ਵੱਡੂਗਾ ਪੱਠੇ ਪੌਣ ਤੇ ਲਾਤਾ ਪਸ਼ੂ ਬਾਹਰ ਕੱਢਣ ਤੇ ਲਾਤਾ ਨਵਾਉਣ ਤੇ ਲਾਤਾ ਪੱਠੇ ਕੁੱਤਰਨ ਤੇ ਲਾਤਾ ਤੇ ਇਹੀ ਕੰਮ ਰਾਤ ਦੇ ਵੇਲੇ ਜਾਂ ਕਹਿ ਲੋ ਲਗਭਗ ਇੱਕ ਡੈਰੀ ਫਾਰਮ ਤੇ 10 ਬੰਦੇ ਰੱਖੀਦੇ ਆ ਪਰ ਇੱਥੇ ਪੜਿਆਂ ਲਿਖਿਆਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਇਹਨਾਂ ਨੇ ਤੇ ਅਨਪੜਹਾਂ ਨੇ ਤੈਨਾਂ ਸੋਚਣਾ ਕੀ ਆ ਸਿਰਫ ਇਹਨਾਂ ਨੇ ਆਪਦੇ ਘਰ ਭਰੇ ਆ ਤੇ ਮੈਂ ਸੁਖਬੀਰ ਬਾਦਲ ਨੂੰ ਇਹ ਕਹੂੰਗਾ ਜੇਕਰ ਇਹ ਪਰਿਵਾਰ ਪਾਰਟੀ ਹੈ ਜੇਕਰ ਵਾਕਈ ਤੁਸੀਂ ਪੰਜਾਬ ਨੂੰ ਆਪਦਾ ਪਰਿਵਾਰ ਗਿੰਦੇ ਆ ਤਾਂ ਪਹਿਲਾਂ ਪੰਜਾਬ ਚ ਢੇਡਾ ਮਾਰੋ ਆਪਦੇ ਤਗੜੇ ਲੀਡਰਾਂ ਦੇ ਘਰੋਂ ਤੁਸੀਂ ਹੋ ਕੇ ਮੁੜ ਜਾਨਨੇ ਆ ਤੁਹਾਨੂੰ ਪਤਾ ਐ ਲੱਗਦਾ ਵੀ ਇਹਨਾਂ ਦੇ ਕੋਠੀ ਪਾਈ ਆ ਖੌਰੇ ਕਿਸੇ ਹੋਰਾਂ ਦੇ ਵੀ ਪਾਈ ਹੋਊਗੀ ਇਹ ਤੁਹਾਡਾ ਵਹਿਮ ਇਹ ਦਰਅਸਲ ਝੂਠ ਹੈਕ ਇਹਨੂੰ ਪਹਿਲਾਂ ਤੁਸੀਂ ਗਰਾਊਂਡ ਲੈਵਲ ਤੇ ਚੈੱਕ ਕਰੋ ਜ਼ਰੂਰੀ ਨਹੀਂ ਕਿ ਛਰਕਾਂ ਦੇ ਤੁਰ ਨਾਲ ਗਰਾਊਂਡ ਲੈਵਲ ਹੋ ਜਾਂਦਾ ਜ਼ਰੂਰੀ ਨਹੀਂ ਪਿੰਡਾਂ ਦੇ ਵਿੱਚ ਜਾ ਕੇ ਉਹਦੀਆਂ ਗਲੀਆਂ 'ਚ ਤੁਰ ਕੇ ਉਹ ਗਰਾਊਂਡ ਲੈਵਲ ਹੋ ਜਾਂਦਾ ਗਰਾਊਂਡ ਲੈਵਲ ਕੋਈ ਹੋਰ ਚੀਜ਼ ਹੁੰਦੀ ਆ ਲੋਕਾਂ ਦੇ ਘਰਾਂ 'ਚ ਜਾ ਕੇ ਵੇਖੋ ਰੋਟੀਆਂ ਕਿਵੇਂ ਪਕਦੀਆਂ ਇਹਨਾਂ ਠੰਡਾਂ ਦੇ ਵਿੱਚ ਤੁਸੀਂ ਠੰਡਾਂ ਦਾ ਨਜ਼ਾਰਾ ਲੈਣ ਆਲੇ ਲੋਕ ਆ ਪਰ ਜਿਹੜੇ ਦੂਜੇ ਲੋਕ ਆ ਵਿਚਾਰੇ ਅੱਜ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਫਿਕਰ ਬਣਿਆ ਪਿਆ ਵੀ ਆ ਯਾਰ ਤੇਰਵਾ ਮਹੀਨਾ ਚੱਲਿਆਂ ਦਾ ਪੈਸੇ ਕਿੱਥੇ ਲੱਗੇ ਕੰਮ ਚੱਲਦਾ ਨਹੀਂ ਧੁੰਦਾ ਚੱਲੀ ਜਾਂਦੀਆਂ ਇਹ ਤੁਸੀਂ ਲੋਕਾਂ ਦੇ ਅੱਗੇ ਝਾਤੀ ਮਾਰੋ ਫਿਰ ਦੱਸਿਆ ਜੇ ਵੀ ਤੁਸੀਂ ਚੰਗੇ ਆ ਕਿ ਮਾੜੇ ਆ ਕਿ ਪਰਿਵਾਰ ਵਾਲੇ ਵੇਖਣ ਵਾਲੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ